ਕੋਈ ਲੱਥਾ ਜਿਹਨੂੰ ਸੁਧਾਰਾ ਸੁਧੂਣਾ ਕਹਿੰਦੇ ਆ, ਮਨਿੰਦਰਜੀਤ ਸਿੱਧੂ ਜਿਹਦਾ ਚੈਨਲ ਆ ਲੋਕ ਆਵਾਜ਼ ਟੀਵੀ, ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ, ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ। ਲੱਖਾਂ ਸੁਧਾਣਾ ਗੁੰਡਾ ਮੁਰਦਾਬਾਦ। ਆ ਦੇਖੋ ਲੱਖਾਂ ਸੁਧਾਣਾ ਜਿਹੜਾ ਪਿਛੇ MP ਦੀਆਂ ਵੋਟਾਂ ਦੇ ਵਿੱਚ ਖੜਾ ਹੋਇਆ, ਸਾਨੂੰ ਕਹਿੰਦੇ ਆ ਆਪਣੀ ਵੋਟ ਦੇਵੋ, ਅਸੀਂ ਪਾਰਲੀਮੈਂਟ ਤੇ ਜਾ ਕੇ ਤੁਹਾਡੀ ਆਵਾਜ਼ ਉਠਾਵਾਂਗੇ। ਇਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਉਠਾਉਣਗੇ ਜਿਹੜੀਆਂ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਆ, ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਂਦੀਆਂ। ਮਨਿੰਦਰਜੀਤ ਸਿੱਧੂ ਜੋ ਲੋਕ ਪੱਖੀ ਪੱਤਰਕਾਰ ਹੈ, ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਹੈ, ਤੇ ਅਸੀਂ ਭਰਾਵੋ ਇਹਦੇ ਨਾਲ ਹਮਦਰਦੀ ਰੱਖਦੇ ਹਾਂ ਤੇ ਅੱਜ ਨਾਲ ਖੜੇ ਹੈ। ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਆ। ਜੇ ਉਹ ਕਵੇ ਕਿ ਮੈਂ ਪਹਿਲਾਂ ਗੈਂਗਸਟਰ ਰਿਹਾ ਹੁਣ ਸਮਾਜ ਸੇਵੀ ਬਣਿਆ ਤੇ ਕਿਸੇ ਪੱਤਰਕਾਰ ਨੂੰ ਡਰਾ ਦੂੰਗਾ, ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਆ। ਪੱਤਰਕਾਰਾਂ ਨੂੰ ਜਿਹੜੀਆਂ ਧਮਕੀਆਂ ਉਹ ਤਾਂ ਦਿੱਤੀਆਂ ਜਾਂਦੀਆਂ, ਜਿਹੜੇ ਲੱਖੇ ਸਧਾਣੇ ਵਰਗੇ ਗੈਂਗਸਟਰ ਹੈਗੇ ਨੇ ਝੂਠ ਸੋਨਾ ਪਸੰਦ ਕਰਦੇ ਨੇ, ਸੱਚ ਸੋਨਾ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ। ਜੇ ਮਾਂ ਦਾ ਪੁੱਤ ਹੈ ਤਾਂ ਸਾਹਮਣੇ ਆ ਕੇ ਇਹ ਗੱਲ ਠੋਕ ਕੇ ਕਹਿ, ਫੋਨ ਤੇ ਗੱਲ ਕਰਨ ਦੀ ਲੋੜ ਨਹੀਂ। ਜੇ ਸਾਡੇ ਭਰਾ ਨੂੰ ਫੋੜਾ ਵੀ ਆਂਚ ਆ ਗਈ ਨਾ, ਮਾਂ ਦੇ ਪੁੱਤ ਜਿਹੜੇ ਕੋਨੇ 'ਚ ਬੈਠਾ ਹੋਇਆ ਘੜੀਸ ਕੇ ਬਾਹਰ ਸਿੱਟਾਂਗੇ। ਜਦੋਂ ਲੱਖਾਂ ਸਧਾਣਾ ਨੂੰ ਮਨਿੰਦਰਜੀਤ ਸਿੱਧੂ ਜਾ ਕੇ ਵੈਟਾਂ ਲੈਂਦਾ ਸੀ ਤੇ ਉਹਦੀਆਂ ਵੈਟਾਂ ਪਾਉਂਦਾ ਸੀ, ਇਹ ਲੋਕਾਂ ਦੇ ਵਿੱਚ ਵਿਚਰਦਾ ਸੀ, ਉਦੋਂ ਮਨਿੰਦਰਜੀਤ ਸਿੱਧੂ ਨੂੰ ਚੰਗਾ ਲੱਗਦਾ ਸੀ। ਯਾਨੀ ਕਿ ਅੱਜ ਲੱਖਾਂ ਸਧਾਣਾ ਉਹਨਾਂ ਨੂੰ ਧਮਕੀਆਂ ਦੇ ਰਿਹਾ, ਕਿਉਂ ਬਈ ਕੀ ਗੱਲ ਆ, ਹੁਣ ਤੂੰ ਉਹੀ ਰਾਹ ਤੇ ਤੁਰਿਆ ਆ ਜਿਹੜੇ ਲੋਕ ਕਹਿੰਦੇ ਲੱਖਾਂ ਸਧਾਣਾ ਗੈਂਗਸਟਰ ਆ। ਨਹੀਂ, ਅਸੀਂ ਨਹੀਂ ਕਹਿੰਦੇ ਗੈਂਗਸਟਰ ਆ, ਲੋਕ ਕਹਿੰਦੇ ਸੀ। ਸ਼ਹਿਰ ਵਾਸੀਓ, ਅਸੀਂ ਬਹੁਤ ਨਿਮਰਤਾ ਸੇ ਤੁਹਾਨੂੰ ਇੱਕ ਬੇਨਤੀ ਕਰਨ ਆਏ ਆ। ਇਹ ਇੱਕ ਅਥਾਰਟੀ ਜਿਹੜਾ ਗੁੰਡਾ ਆਪੋ ਆਪ ਬਹੁਤ ਸਾਲਾਂ ਤੋਂ ਲੋਕਾਂ ਨੂੰ ਲੁੱਟਦਾ ਤੇ ਲੋਕਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਰਿਹਾ, ਕੋਈ ਲੱਥਾ ਜਿਹਨੂੰ ਸੁਧਾਰਾ ਸੁਧੂਣਾ ਕਹਿੰਦੇ ਆ। ਅਸੀਂ ਬਹੁਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ, ਸਾਡੇ ਜੈਤੋ ਸ਼ਹਿਰ ਦਾ ਸਾਡਾ ਵੱਡਾ ਵੀਰ ਮਨਿੰਦਰਜੀਤ ਸਿੱਧੂ ਜਿਹਦਾ ਚੈਨਲ ਆ ਲੋਕ ਆਵਾਜ਼ ਟੀਵੀ, ਤੇ ਉਹਨੇ ਇੱਕ ਪੱਤਰਕਾਰ ਦੇ ਹੱਥ ਸੁਨੇਹਾ ਭੇਜਿਆ, ਕਹਿੰਦਾ ਮੈਂ ਮਨਿੰਦਰਪਾਲ ਨੂੰ ਟੱਕਰੂੰਗਾ ਤੇ ਅਸੀਂ ਤੁਹਾਡੇ ਮਾਧਵ ਰਾਈ ਇਹ ਦੱਸਣਾ ਚਾਹੁੰਦੇ ਹਾਂ ਇੱਥੋਂ ਦੇ ਲੱਖੇ ਨੂੰ, ਜਿਹੜਾ ਚੌਥੀ ਹੁਣ ਕੋਈ ਸਮਾਜ ਸੇਵੀ ਬਣਿਆ ਫਿਰਦਾ ਉਹ ਝਾਤ ਮਾਰੇ ਆਪਦੇ ਬੈਕਗ੍ਰਾਉਂਡ ਤੇ। ਤੁਸੀਂ ਸਾਰੇ ਜਾਣਦੇ ਹੋ ਵੀ ਉਹਦੇ ਕੋਲੇ ਪਹਿਲਾਂ ਕੀ ਸੀ ਤੇ ਅੱਜ ਪ੍ਰਾਪਰਟੀ ਕੀ ਆ। ਇਸ ਕਰਕੇ ਇਹ ਧਮਕੀਆਂ ਧੁਮਕੀਆਂ ਆਪਦੇ ਘਰ ਤੱਕ ਸੀਮਿਤ ਰੱਖ। ਜੇ ਸਾਡੇ ਕਿਸੇ ਪੱਤਰਕਾਰ ਭਰਾ ਨੂੰ ਇਸ ਤਰ੍ਹਾਂ ਦੀ ਤੇਰੀ ਧਮਕੀ ਆਈ ਆ ਤੇ ਜਾ ਦੇਗਾ ਤੇ ਇਹਦਾ ਹਸ਼ਰਾ ਜਿਹੜਾ ਇਹਦਾ ਨਾਚਾ ਜਿਹੜਾ ਉਹ ਬਹੁਤ ਭੈੜਾ ਤੇ ਅੰਜਾਮ ਲੈ ਕੇ ਆਊਗਾ। ਭਰਾਵੋ, ਅੱਜ ਸਿਰਫ ਤੁਹਾਡੇ ਤੱਕ ਸੁਨੇਹਾ ਲੈ ਕੇ ਆਏ ਆ। ਜੇ ਪੱਤਰਕਾਰ ਭਰਾ ਆਪਦੀ ਕਮੇਟੀ ਵੱਲੋਂ ਸਾਨੂੰ ਮਜ਼ਦੂਰਾਂ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਕੋਈ ਫੈਸਲਾ ਦਿੰਦੀ ਆ
ਤਾਂ ਫਿਰ ਲੱਖੇ ਵਰਗੇ ਵੀ ਧੋਣ ਤੇ ਗੋਡਾ ਰੱਖਣਾ ਆਪਾਂ ਰਲ ਮਿਲ ਕੇ। ਇਸ ਕਰਕੇ ਜਦੋਂ ਵੀ ਤੁਹਾਡਾ ਕੋਈ ਹੁਕਮ ਆਊਗਾ, ਕੋਈ ਮੀਟਿੰਗ ਦਾ ਫੈਸਲਾ ਆਊਗਾ, ਅਸੀਂ ਪੱਤਰਕਾਰ ਭਰਾਵਾਂ ਨਾਲ ਖੜੇ ਹਾਂ। ਇਸ ਕਰਕੇ ਇਹੋ ਜਿਹੀ ਗੁੰਡਾਗਰਦੀ ਨਹੀਂ ਚੱਲੇਗੀ, ਨਾ ਚੱਲਣ ਦੇਵਾਂਗੇ। ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਇਹਦੀ ਬਹੁਤ ਸਾਫ ਸਖ਼ਤ ਨਿਖੇਧੀ ਕਰਦੇ ਹਾਂ। ਮੈਂ ਇੰਨਾ ਕਹਿੰਦਾ ਹੋਇਆ ਆਪਣੀ ਥਾਂ ਲਊਂਗਾ ਤੇ ਨਾਰਾ ਲਵਾਊਂਗਾ ਉਸ ਗੁੰਡੇ ਦੇ ਖਿਲਾਫ਼। ਸਾਡੇ ਲੋਕਾਂ ਨੇ ਇੱਕਾ ਜਿੰਦਾਬਾਦ, ਲੱਖਾਂ ਸਧਾਣਾ ਗੁੰਡਾ ਮੁਰਦਾਬਾਦ, ਲੱਖਾਂ ਸਧਾਣਾ ਗੁੰਡਾ ਮੁਰਦਾਬਾਦ। ਸਾਥੀਓ, ਜੋ ਸਾਡੇ ਸਾਥੀਆਂ ਨੇ ਪਹਿਲਾਂ ਦੱਸਿਆ, ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਨ ਆਏ ਹਾਂ, ਭਰਾਵੋ ਇੱਥੇ ਕੋਈ ਵੀ ਵਰਗ ਹੋਵੇ ਆਪਣਾ, ਜਿਹੜਾ ਇਹ ਲੱਖੇ ਸਧਾਣੇ ਦੀ ਗੱਲ ਹੈ ਤੁਸੀਂ ਸੁਣੀ ਹੈ, ਜੋ ਸਾਡੇ ਮਨਿੰਦਰਜੀਤ ਸਿੱਧੂ ਪੱਤਰਕਾਰ ਆ ਭਰਾਵੋ, ਉਹਨੂੰ ਧਮਕੀ ਦਿੱਤੀ ਹੈ। ਇਹ ਭਰਾਵੋ ਜਿਹੜਾ ਸਾਡਾ ਮੀਡੀਆ, ਸਾਡਾ ਲੋਕਤੰਤਰ ਦਾ ਚੌਥਾ ਥੰਮ ਹੈ, ਜੇ ਭਰਾਵੋ ਇਹ ਸਾਡੀ ਪੱਤਰਕਾਰੀ ਹੈ ਜਿਹੜੀ ਨਿਰਪੱਖ ਪੱਤਰਕਾਰ ਆ ਸਾਡੇ, ਜਿਹੜੀ ਤੁਹਾਡੀ ਗੱਲ ਲਿਆ ਕੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੁਹਾਨੂੰ ਕਿਸੇ ਕੰਮ ਦੀ ਕੋਈ ਸਮੱਸਿਆ ਆਉਂਦੀ ਹੈ, ਭਲਾ ਰਾਤ ਨੂੰ ਇਹ ਭਲਾ ਦਿਨੇ ਹੈ ਤੇ ਭਰਾਵੋ ਤੁਹਾਡੀ ਆਵਾਜ਼ ਚੱਕਦੇ ਆ, ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡੀ ਆਵਾਜ਼ ਆਉਂਦੀ ਹੈ। ਜੇ ਅੱਜ ਤੁਹਾਡੀ ਸੁਣ ਸੁਣਵਾਈ ਇੱਥੇ ਲੋਕਾਂ ਦੀ, ਆਹ ਭਰਾਵੋ ਜਿਹੜੇ ਥੱਲੇ ਵਾਲੇ ਤਬਕੇ ਆ, ਆਹ ਪੱਤਰਕਾਰਾਂ ਦੀ ਬਦੌਲਤ ਆ ਮਨਿੰਦਰਜੀਤ ਵਰਗਿਆਂ ਦੀ, ਭਰਾਵੋ ਇਹਨਾਂ ਤੇ ਰੰਜ ਸੁਕੀ ਹੈ, ਇਹ ਵਿਕਦੇ ਨੀ ਭਰਾਵੋ। ਜਿਹੜੀ ਤੁਹਾਡੀ ਗੱਲ ਹੈ ਸੱਚੀ, 100% ਲੋਕਾਂ ਦੇ ਵਿੱਚ ਜਾਂਦੀ ਹੈ, ਤੇ ਜਿਹੜੀ ਇਸ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਧਮਕੀਆਂ, ਇਹ ਭਰਾਵੋ ਸ਼ਰੇਆਮ ਇਹ ਲੋਕਤੰਤਰ ਦਾ ਗਲਾ ਘੁੱਟਣਾ। ਜੇ ਸਾਡੇ ਲੋਕਤੰਤਰ ਦਾ ਗਲਾ ਘੁੱਟਣ ਦੇ ਜੇ ਕੋਈ ਇਹੋ ਜਿਹੀ ਆਫਤ ਆਊਗੀ ਸਾਡੇ ਪੱਤਰਕਾਰਾਂ ਵੀਰਾਂ ਤੇ ਭਰਾਵੋ ਭਾਰਤੀ ਕਿਸਾਨ ਨੂੰ ਏਦਾਂ ਗਲਾ ਹੈ, ਕੋਈ ਵੀ ਸਾਡਾ ਪੱਤਰਕਾਰ ਵੀਰ ਹੋਵੇ, ਸਾਡਾ ਬੁੱਧੀਜੀਵੀ ਹੋਵੇ, ਸਾਡਾ ਲੇਖਕ ਹੋਵੇ, ਸਾਡੇ ਲੋਕ ਹੁਣ ਆਮ ਮਜ਼ਦੂਰ ਹੋਵੇ, ਕਿਸਾਨ ਹੋਵੇ, ਸਾਡਾ ਕੋਈ ਸ਼ਹਿਰੀ ਵੀਰ ਹੋਵੇ, ਦੁਕਾਨਦਾਰ ਹੋਵੇ, ਪਾਰ ਰਕਸ਼ਾ ਰੇਹੜੀ ਵਾਲਾ ਹੋਵੇ, ਜਿੱਥੇ ਵੀ ਕਿਸੇ ਤਰ੍ਹਾਂ ਦਾ ਭਰਾਵੋ ਧੱਕਾ ਹੋਊਗਾ, ਧੱਕਾ ਦੇ ਖਿਲਾਫ਼ ਬੋਲਾਂਗੇ। ਉਹ ਭਰਾਵੋ ਸਾਡੀ ਜਨਤਾ ਨੂੰ ਦੱਸਣਾ ਚਾਹੁੰਦੇ ਹੈ, ਆਹ ਦੇਖੋ ਲੱਖਾਂ ਸਧਾਣਾ ਜਿਹੜਾ ਪਿਛੇ MP ਦੀਆਂ ਵੋਟਾਂ ਦੇ ਵਿੱਚ ਖੜਾ ਹੋਇਆ, ਤੁਹਾਨੂੰ ਕਹਿੰਦੇ ਆ ਆਪਣੀ ਵੋਟ ਦੇਵੋ, ਅਸੀਂ ਪਾਰਲੀਮੈਂਟ ਤੇ ਜਾ ਕੇ ਤੁਹਾਡੀ ਆਵਾਜ਼ ਉਠਾਵਾਂਗੇ। ਇਹ ਭਰਾਵੋ ਇਸ ਤਰੀਕੇ ਦੀਆਂ ਆਵਾਜ਼ਾਂ ਉਠਾਉਣਗੇ ਜਿਹੜੀਆਂ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਸਾਡੇ ਪੱਤਰਕਾਰ ਵੀਰ ਹੈ, ਉਹਨਾਂ ਨੂੰ ਇਸ ਤਰ੍ਹਾਂ ਧਮਕੀਆਂ ਦਿੱਤੀਆਂ ਜਾਂਦੀਆਂ, ਉਹਨਾਂ ਦੇ ਟਵਿੱਟਰ ਬੰਦ ਕੀਤੇ ਜਾਂਦੇ ਆ। ਇਹ ਭਰਾਵੋ ਇਸ ਤਰ੍ਹਾਂ ਨਹੀਂ ਚੱਲਣ ਦੇਵਾਂਗੇ। ਇਹ ਦਿੱਲੀ ਦੇ ਵਿੱਚ ਹੋਇਆ ਦੁਰਦਨ ਮੇਲੇ, ਜਿਹੜਾ ਉੱਥੋਂ ਦਾ ਗੋਦੀ ਮੀਡੀਆ ਸੀ ਮੋਦੀ ਦਾ, ਉਹਨੇ ਵੀ ਇਸ ਤਰ੍ਹਾਂ ਦੇਖਿਆ ਸੀ ਵੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ। ਭਰਾਵੋ ਜਦੋਂ ਇਹ ਲੋਕ ਜਾਗਰੂਕ ਹੋਣ, ਜਦੋਂ ਇਹ ਜਾਗਦੇ ਆ, ਇਹ ਕਿਸੇ ਲੱਖੇ ਸਧਾਣੇ ਨੀ ਚੱਲਣ ਨੀ ਦਿੰਦੇ। ਅੱਜ ਭਰਾਵੋ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਸ਼ਾਸਨ ਚ ਭੇਜ ਦਿਓ, ਫਿਰ ਕੱਲ ਨੂੰ ਝਾਗਲਾ ਕਰਿਓ, ਸ਼ਹਿਰਾਂ ਦੇ ਵਿੱਚ ਤੁਸੀਂ ਸਮੇਂ ਸਿਰ ਦੁਕਾਨਾਂ ਖੋਲ ਲਓਗੇ, ਚਾਹੇ ਰਾਤ ਬਰਾਤ ਇੱਥੇ ਸ਼ਹਿਰਾਂ ਦੇ ਵਿੱਚ ਵੀ ਸੇਫ ਰਹਿ ਜਾਵੇ। ਇਸ ਤਰ੍ਹਾਂ ਭਰਾਵੋ ਲੋਕਾਂ ਨੂੰ ਇਕੱਠੇ ਹੋ ਕੇ ਇਹੋ ਜਿਹੇ ਗਲਤ ਅੰਸਰਾਂ ਨੂੰ ਨੱਥ ਪਾਉਣੀ ਪਊਗੀ। ਇਹੋ ਜਿਹਾ ਭਰਾਵੋ ਕਿਤੇ ਵੀ ਹੋਊਗਾ ਜਿੱਥੇ ਲੋਕਾਂ ਦੇ ਮਸਲੇ ਆ, ਜਿੱਥੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਊਗਾ, ਉੱਥੇ ਭਰਾਵੋ ਸਦਾ ਡਟ ਕੇ ਖੜੇ ਆ।
ਤੇ ਡਟ ਕੇ ਖੜਾਂਗੇ ਸਾਡੇ ਪੱਤਰਕਾਰ ਵੀਰਾਂ ਦੇ ਨਾਲ, ਕਿਸੇ ਤਰ੍ਹਾਂ ਦਾ ਵੀ ਐਕਸ਼ਨ ਦੇਣਗੇ। ਭਾਰਤੀ ਕਿਸਾਨ ਜੁੜੀ ਏਕਤਾ ਅਗਲਾ ਹੈ ਭਰਾਵੋ, ਅੱਗੇ ਲੱਗ ਕੇ ਸਾਡੇ ਪੱਤਰਕਾਰ ਵੀਰ ਜੋ ਵੀ ਸਾਨੂੰ ਹੁਕਮ ਲਾਉਣਗੇ ਉਹਦੇ ਉੱਤੇ ਪੈਰਾਂ ਦੇਵਾਂਗੇ, ਸੰਘਰਸ਼ ਕਰ ਲਾਂਗੇ, ਜਿਸੇ ਬੰਦੀਆਂ ਭਰਾਵੋ ਕਰਾਂਗੇ ਲੋਕਾਂ ਦੀ ਖਾਤਰ, ਪਰ ਲੋਕਾਂ ਦੀ ਆਵਾਜ਼ ਨਹੀਂ ਦੱਬਣ ਦਿਆਂਗੇ। ਨਾ ਸਾਡੇ ਪੱਤਰਕਾਰ ਵੀਰਾਂ ਤੇ ਅਸੀਂ ਧੱਕਾ ਹੋਣ ਦਿਆਂਗੇ, ਨਾ ਸਾਡੇ ਲੋਕਾਂ ਦੇ ਧੱਕਾ ਹੋਣ ਦਿਆਂਗੇ। ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਹੋਣਾ। ਇੰਨੇ ਸ਼ਬਦਾਂ ਦੇ ਵਿੱਚ ਮੈਂ ਸਾਰੇ ਸਾਡੇ ਸ਼ਹਿਰੀ ਵੀਰਾਂ ਨੂੰ ਬੇਨਤੀ ਕਰਦਾ, ਭਰਾਵੋ ਸਾਥ ਦਿਆ ਕਰੋ, ਇੱਕ ਦੀ ਲੋੜ ਹੈ, ਇੱਕ ਹੋਣਾ ਪੈਂਦਾ ਸਾਨੂੰ। ਕਿਸੇ ਜਾਤ ਪਾਤ ਦਾ ਕੋਈ ਮਸਲਾ ਨਹੀਂ ਸਾਨੂੰ ਭਰਾਵੋ, ਕਿਸੇ ਧਰਮ ਦਾ ਮਸਲਾ ਨਹੀਂ ਸਾਨੂੰ, ਮਸਲਾ ਸਾਡਾ ਜਿਹੜੇ ਇਹੋ ਜਿਹੇ ਲੋਕ ਗਲਤ ਅਨਸਰ ਆ ਸਾਡੇ ਫਾਇਦਾ ਉਠਾਉਂਦੇ ਆ। ਤੁਸੀਂ ਦੇਖਿਆ ਇਹਨਾਂ ਨੂੰ ਲੱਗਦਾ ਪਿੰਡਾਂ ਦੇ ਪਿੰਡ ਵੀ ਅਸੀਂ ਲੋਕਾਂ ਨੂੰ ਦਬਾ ਕੇ ਆਪਣੀ ਆਵਾਜ਼ ਚਲਾ ਲਾਂਗੇ, ਭਰਾਵੋ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਨਗੇ ਇੱਥੋਂ ਦੇ ਲੋਕ। ਧੰਨਵਾਦ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਤੇ ਸਾਡੇ ਸ਼ਹਿਰੀ ਵੀਰਾਂ ਦਾ, ਭਰਾਵੋ ਵੱਧ ਤੋਂ ਵੱਧ ਸਾਥ ਦਿਓ ਸਾਡੇ ਪੱਤਰਕਾਰ ਵੀਰਾਂ ਦਾ, ਕਿਉਂ ਰਾਤ ਬਰਾਤੇ ਜਦੋਂ ਵੀ ਸਾਨੂੰ ਲੋੜ ਪੈਂਦੀ ਅਸੀਂ ਇਹਨਾਂ ਨੂੰ ਫੋਨ ਮਾਰਦੇ ਹਾਂ, ਤਾਂ ਭਰਾਵੋ ਤੁਹਾਡੀ ਦੱਬੀ ਖੁੱਲੀ ਆਵਾਜ਼ ਇੱਥੇ ਜਨਤਾ ਦੇ ਵਿੱਚ ਜਾਂਦੀ ਹੈ। ਇਸ ਕਰਕੇ ਅਸੀਂ ਸਦਾ ਭਾਰਤੀ ਕਿਸਾਨ ਜੁੜੀ ਏਕਤਾ ਅਗਲਾ ਹੈ ਪੱਤਰਕਾਰ ਵੀਰਾਂ ਦੇ ਨਾਲ ਹੈ। ਧੰਨਵਾਦ ਸਾਥੀਓ। ਸਮਾਜ ਸੇਵੀ ਤੋਂ ਗੈਂਗਸਟਰ ਸਮਾਜ ਸੇਵੀ ਬਣੇ ਲੱਖਾਂ ਸਧਾਰਨਾ ਮੁਰਦਾਬਾਦ, ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੱਖਾਂ ਸਧਾਰਨਾ ਮੁਰਦਾਬਾਦ। ਲੋਕਾਂ ਦੇ ਪੱਖੀ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲਗਾਤਾਰ ਕੁਛ ਸਾਲਾਂ ਤੋਂ ਕਿਸਾਨੀ ਅੰਦੋਲਨ ਤੋਂ ਲੈ ਕੇ ਜਿਹੜੇ ਲਗਾਤਾਰ ਆਵਾਜ਼ ਚੱਕਦੇ ਆਏ ਆ ਲੋਕਾਂ ਪੱਖੀ, ਕਈ ਵਾਰ ਸਰਕਾਰਾਂ ਨੇ ਉਹਨਾਂ ਦਾ ਚੈਨਲ ਬੰਦ ਕੀਤਾ ਤੇ ਫਿਰ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਸਰਕਾਰਾਂ ਨਾਲ ਮੱਥਾ ਲਾਇਆ ਤੇ ਨਿਡਰਤਾ ਦੇ ਨਾਲ ਲੋਕਾਂ ਦੀ ਆਵਾਜ਼ ਚੱਕੀ। ਪੱਤਰਕਾਰਾਂ ਭਾਈਚਾਰਾ ਤੇ ਭਰਾਵੋ ਚੌਥਾ ਥੰਮ ਹੈ ਲੋਕਤੰਤਰ ਦਾ, ਜਿੱਥੇ ਜਿੱਥੇ ਜਮਹੂਰੀਅਤ ਦੀ ਹੱਤਿਆ ਹੁੰਦੀ ਹੈ, ਲੋਕਤੰਤਰ ਦਾ ਕਾਣ ਹੁੰਦਾ ਹੈ, ਉੱਥੇ ਭਰਾਵੋ ਸਾਡਾ ਫਰਜ਼ ਹੈ ਆਵਾਜ਼ ਚੱਕਣ ਦਾ। ਅਸੀਂ ਇੰਨਾ ਹੀ ਕਹਾਂਗੇ ਜੋ ਸਾਡੇ ਭਰਾ ਮਨਿੰਦਰਜੀਤ ਸਿੱਧੂ ਨੂੰ ਇਸ ਧਮਕੀ ਦਿੱਤੀ ਗਈ ਹੈ ਤੇ ਭਰਾਵੋ ਇਹਦੀ ਸ਼ਬਦ ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਦੇ ਹਾਂ ਭਾਰਤੀ ਕਿਸਾਨ ਜਨ ਏਕਤਾ ਗ੍ਰਾਹਾਂ ਵੱਲੋਂ, ਕਿਉਂਕਿ ਜਮਹੂਰੀਅਤ ਦਾ ਜੇ ਗਲਾ ਕੁੱਟਾਂਗੇ, ਸਰਕਾਰਾਂ ਤਾਂ ਪਹਿਲਾਂ ਹੀ ਗਲਾ ਕੁੱਟ ਕੇ ਜਾਂਦੀਆਂ ਨੇ, ਸਾਡੇ ਵੀਰ ਨੂੰ ਕਵਾਂਗੇ ਠੀਕ ਹੈ ਇਹਨਾਂ ਦਾ ਕੰਮ ਹੈ ਇੱਥੇ ਆਵਾਜ਼ ਚੱਕਣੀ। ਪਿਛਲੇ ਦਿਨਾਂ ਦੇ ਵਿੱਚ ਮਨਿੰਦਰਜੀਤ ਸਿੱਧੂ ਨੇ ਜਦੋਂ ਦਰੱਖਤਾਂ ਦਾ ਘਾਣ ਹੋ ਰਿਹਾ ਸੀ ਉਦੋਂ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਆਪਦੇ ਚੈਨਲ ਰਾਹੀਂ ਵੀ ਭਰਾਵੋ ਦਰੱਖਤਾਂ ਦਾ ਘਾਣ ਹੋ ਰਿਹਾ, ਕਿਸਾਨ ਜਥੇਬੰਦੀਆਂ ਆ ਕੇ ਖੜੀਆਂ, ਇਹ ਕਿਸਾਨ ਦਰੱਖਤਾਂ ਨੂੰ ਅੱਗ ਲਾ ਰਹੇ ਹੈ। ਪਰ ਸਾਨੂੰ ਪਤਾ ਸੀ ਸਾਡਾ ਵੀਰ ਆਵਾਜ਼ ਚੱਕ ਰਿਹਾ ਸੱਚ ਦੀ, ਅਸੀਂ ਕਿਤੇ ਗਿਲਾ ਨਹੀਂ ਕੀਤਾ, ਕਿਉਂਕਿ ਇਹ ਨਹੀਂ ਪੱਤਰਕਾਰ ਸੱਟ ਗਏ ਆਵਾਜ਼ਾਂ ਚੱਕਣ, ਸੱਟ ਗਏ ਖਬਰਾਂ ਲਾਉਣ, ਅਸੀਂ ਆਦੇ ਹਾਂ ਜਿੱਥੇ ਜਿੱਥੇ ਗਲਤ ਹੈ, ਜਿੱਥੇ ਜਿੱਥੇ ਲੋਕਤੰਤਰ ਦਾ ਘਾਣ ਹੋ ਰਿਹਾ ਇਹਨਾਂ ਦਾ ਫਰਜ਼ ਹੈ ਆਵਾਜ਼ ਚੱਕਣਾ, ਤੇ ਜੇ ਅਸੀਂ ਅੱਜ ਇਹਨਾਂ ਦਾ ਗਲਾ ਕੁੱਟਾਂਗੇ, ਇਹਨਾਂ ਨੂੰ ਧਮਕੀਆਂ ਦੇਵਾਂਗੇ ਤੇ ਭਰਾਵੋ ਫੇਰ ਜਮਹੂਰੀਅਤ ਦੀ ਹੱਤਿਆ ਹੋਊਗੀ। ਤੇ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ ਤੇ ਮਨਿੰਦਰਜੀਤ ਸਿੱਧੂ
ਜੋ ਲੋਕ ਪੱਖੀ ਪੱਤਰਕਾਰ ਹੈ, ਲੋਕਾਂ ਦੀ ਅੱਜ ਤੱਕ ਇਮਾਨਦਾਰੀ ਨਾਲ ਆਵਾਜ਼ ਚੱਕਦਾ ਹੈ, ਤੇ ਅਸੀਂ ਭਰਾਵੋ ਇਹਦੇ ਨਾਲ ਹਮਦਰਦੀ ਰੱਖਦੇ ਹਾਂ ਤੇ ਅੱਜ ਨਾਲ ਖੜੇ ਹੈ, ਤੇ ਅਸੀਂ ਉਹ ਲੋਕਾਂ ਨੂੰ ਆਖਦੇ ਹਾਂ ਵੀ ਜ਼ਿੰਮੇਵਾਰ ਹੋ, ਪੰਜਾਬ ਦੇ ਵਿੱਚ ਲੱਗੇ ਹੋਏ ਹੋ, ਜਿਹੜਾ ਵੀ ਪੰਜਾਬ ਪੱਖੀ ਲੜਦਾ ਸਰਕਾਰਾਂ ਦੇ ਖਿਲਾਫ ਲੜਦਾ, ਤੇ ਅਸੀਂ ਉਹਦੀ ਹਮੇਸ਼ਾ ਆਵਾਜ਼ ਚੁੱਕੀ ਹੈ, ਸਾਡਾ ਪਰਸਨਲੀ ਕਿਸੇ ਨਾਲ ਵਿਰੋਧ ਲਈ। ਪਰ ਅੱਜ ਜੇ ਜਮਹੂਰੀਅਤ ਦੀ ਕੋਈ ਹੱਤਿਆ ਕਰੂਗਾ ਉਹਨੂੰ ਧਮਕਾਊਗਾ, ਜੇ ਜਮਹੂਰੀਅਤ ਦੀ ਆਵਾਜ਼ ਬੰਦ ਕਰੂਗਾ, ਜੇ ਉਹਦਾ ਕੋਈ ਗਲਾ ਘੋਟੂਗਾ, ਤੇ ਫਿਰ ਬਈ ਲੋਕ ਖੜੇ ਹੋਣਗੇ। ਤੇ ਇਸ ਤਰ੍ਹਾਂ ਦੀਆਂ ਅਸਾਂ ਨਹੀਂ ਲਾਉਂਦੇ ਵੀ ਜਮਹੂਰੀਅਤ ਦਾ ਕਹਿਣ ਹੋਵੇ, ਤੇ ਜੇ ਪੱਤਰਕਾਰਾਂ ਭਾਈਚਾਰ ਦਾ ਤੇ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੈ, ਤੇ ਜੇ ਇਹਨਾਂ ਦਾ ਗਲਾ ਘੁੱਟ ਕੇ ਇਹਨਾਂ ਦੀਆਂ ਆਵਾਜ਼ਾਂ ਬੰਦ ਕਰਤੀਆਂ, ਤੇ ਤੁਹਾਡੀ ਚੁਰਤ ਨਹੀਂ ਕਰਨੀ ਕਿਸੇ ਨੇ ਆਵਾਜ਼ ਚੱਕਣ ਵਾਸਤੇ। ਸਾਥੀਓ ਇਹ ਗੱਲ ਨੋਟ ਕਰ ਲਿਓ, ਘਰ ਘਰ ਜਾ ਕੇ, ਸੱਥਾਂ 'ਚ ਜਾ ਕੇ, ਗਲੀਆਂ 'ਚ ਜਾ ਕੇ, ਪਿੰਡਾਂ 'ਚ ਜਾ ਕੇ, ਧਰਨਿਆਂ 'ਚ ਜਾ ਕੇ ਤੁਹਾਡੀਆਂ ਆਵਾਜ਼ਾਂ ਸਰਕਾਰਾਂ ਤੱਕ ਪਹੁੰਚਾਉਂਦੇ ਆ। ਤੇ ਜੇ ਅੱਜ ਇਹਨਾਂ ਨਾਲ ਧੱਕਾ ਹੁੰਦਾ, ਧਮਕੀਆਂ ਆਉਂਦੀਆਂ, ਤੇ ਇਹੋ ਜਿਹੇ ਹਾਲਾਤ ਬਣਦੇ ਆ, ਤੇ ਸਾਡਾ ਫਰਜ਼ ਬਣਦਾ ਦੁੱਖ ਦੀ ਘੜੀ ਦੇ ਵਿੱਚ ਆ ਕੇ ਇਹ ਸਾਡੇ ਵੀਰ ਦੇ ਨਾਲ ਖੜਨ ਦਾ। ਤੇ ਇਹੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਅਸੀਂ ਜਮਹੂਰੀਅਤ ਦਾ ਜਿੱਥੇ ਜਿੱਥੇ ਹੱਤਿਆ ਹੁੰਦੀ ਹੈ, ਜਿੱਥੇ ਜਿੱਥੇ ਆਵਾਜ਼ ਦੱਬੀ ਜਾਂਦੀ ਹੈ, ਉੱਥੇ ਭਰਾਵੋ ਅਸੀਂ ਹਮੇਸ਼ਾ ਨਾਲ ਖੜਦੇ ਹਾਂ। ਤੇ ਅੱਜ ਇੱਥੇ ਅਸੀਂ ਹਾਜ਼ਰੀ ਲਵਾਉਂਦੇ ਹੋਏ ਮਨਿੰਦਰਜੀਤ ਸਿੱਧੂ ਦੇ ਹੱਕ ਦੇ ਵਿੱਚ ਆ ਕੇ ਖੜੇ ਹੈ ਵੀ ਭਾਈ ਅੱਗੇ ਤੋਂ ਐਸੀ ਆਵਾਜ਼ ਨਾ ਕੋਈ ਦੇਵੇ ਤੇ ਨਾ ਕੋਈ ਚੱਕੇ, ਕਿਉਂਕਿ ਪੱਤਰਕਾਰ ਤੇ ਸਾਡੇ ਲੋਕਾਂ ਦਾ ਨੌ ਮਾਸ ਦਾ ਰਿਸ਼ਤਾ ਹੈ। ਤੇ ਇਸੇ ਤਰ੍ਹਾਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ, ਜਿਹੜੇ ਸਾਡੇ ਆਗੂ ਸਾਹਿਬਾਨ ਇਸ ਇੱਥੇ ਹਾਜ਼ਰੀ ਲਵਾਈ ਹੈ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਲੱਖਾ ਸਦਾਣਾ ਕਹਿੰਦੇ ਆ ਕਿ ਕੁੱਤੇ ਦੀ ਪੂਛ ਜਿੰਨਾ ਚਿਰ ਮਰਜ਼ੀ ਪੈਪ 'ਚ ਪਾਈ ਰੱਖੋ ਉਹ ਵਿੰਗੀ ਦੇ ਵਿੰਗੀ ਰਹਿੰਦੀ ਹੈ। ਜੇ ਉਹ ਕਵੇ ਕਿ ਮੈਂ ਪਹਿਲਾਂ ਗੈਂਗਸਟਰ ਰਿਹਾ, ਹੁਣ ਸਮਾਜ ਸੇਵੀ ਬਣਿਆ, ਤੇ ਕਿਸੇ ਪੱਤਰਕਾਰ ਨੂੰ ਡਰਾ ਦਊਗਾ, ਇਸ ਤਰ੍ਹਾਂ ਕੋਈ ਪੱਤਰਕਾਰ ਡਰਨ ਵਾਲਾ ਨਹੀਂ ਹੈ। ਮੈਂ ਸ਼ਹੀਦ ਊਧਮ ਸਿੰਘ, ਜ਼ਿਲ੍ਹਾ ਫਰੀਦਕੋਟ ਪ੍ਰੈਸ ਕਲੱਬ ਦਾ ਜ਼ਿਲ੍ਹਾ ਪ੍ਰਧਾਨ ਹੈ, ਔਰ ਮਨਜਿੰਦਰਜੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਹੈ ਸਾਡੇ ਕਲੱਬ ਦੇ, ਅਵਤਾਰ ਤਾਰਾ ਜੀ ਇਸ ਕਲੱਬ ਦੇ ਵਾਈਸ ਪ੍ਰਧਾਨ ਹੈ। ਤਾਂ ਇਸ ਨੂੰ ਲੈ ਕੇ ਅੱਜ ਪੂਰੀ ਜਥੇਬੰਦੀ ਸਾਡੀ ਪੱਤਰਕਾਰਾਂ ਦੀ ਇਹਨਾਂ ਦੇ ਨਾਲ ਖੜੀ ਹੈ, ਤੇ ਇਹੋ ਜਿਹੇ ਪੁਰਾਣੇ ਗੈਂਗਸਟਰ ਤੇ ਹੁਣ ਦੇ ਬਣੇ ਸਮਾਜ ਸੇਵੀ ਤੋਂ ਅਸੀਂ ਡਰਨ ਵਾਲੇ ਨਹੀਂ ਹੈ। ਉਹ ਚਾਹੇ ਕੋਈ ਪੁਰਾਣਾ ਗੈਂਗਸਟਰ ਹੋਵੇ, ਤੇ ਚਾਹੇ ਕੋਈ ਸਮਾਜ ਸੇਵੀ ਹੋਵੇ, ਤੇ ਚਾਹੇ ਕੋਈ ਪੁਲਿਸ ਅਫਸਰ ਹੋਵੇ, ਜੇ ਉਹ ਅਵੇ ਸੋਚੇ ਕਿ ਪੱਤਰਕਾਰ ਸਾਡੇ ਕਹਿਣੇ ਚੱਲੂਗਾ, ਸਾਡੇ ਡਰ ਤੋਂ ਖਬਰਾਂ ਤੋੜ ਮਰੋੜ ਕੇ ਲਾਊਗਾ, ਤੇ ਇਹੋ ਜਿਹਾ ਨਹੀਂ ਹੋਊਗਾ। ਇਹ ਬਰਖਲਾਫੀ ਉਹਨਾਂ ਅਫਸਰਾਂ ਦੇ ਖਿਲਾਫ, ਉਹਨਾਂ ਲੀਡਰਾਂ ਦੇ ਖਿਲਾਫ, ਉਹਨਾਂ ਗੈਂਗਸਟਰਾਂ ਦੇ ਖਿਲਾਫ ਅਸੀਂ ਲਿਖਦੇ ਰਵਾਂਗੇ, ਉਹ ਲਿਖਦੇ ਵੀ ਹਾਂ। ਤਾਂ ਇਸ ਨੂੰ ਲੈ ਕੇ ਜੇਕਰ ਸਾਨੂੰ ਇਸ ਤੋਂ ਵੱਡਾ ਹੋਰ ਵੀ ਕੋਈ ਸੰਘਰਸ਼ ਵਿੱਢਣਾ ਪਿਆ, ਤਾਂ ਅਸੀਂ ਸਾਰੀ ਕਲੱਬ ਸਿੱਧੂ ਸਾਹਿਬ ਦੇ ਨਾਲ ਜੁੜ ਖੜੇ ਹਾਂ। ਪੱਤਰਕਾਰਾਂ ਨੂੰ ਜਿਹੜੀਆਂ ਧਮਕੀਆਂ ਉਹ ਤਾਂ ਦਿੱਤੀਆਂ ਜਾਂਦੀਆਂ, ਜਿਹੜੇ ਲੱਖੇ ਸਧਾਣੇ ਵਰਗੇ ਗੈਂਗਸਟਰ ਹੈਗੇ ਨੇ, ਝੂਠ ਸੋਨਾ ਪਸੰਦ ਕਰਦੇ ਨੇ, ਸੱਚ ਸੋਨਾ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ। ਅੱਜ ਜਿਹੜਾ ਸੱਚ ਉਹਦਾ ਮਨਿੰਦਰਜੀਤ ਸਿੱਧੂ ਨੇ ਦਿਖਾਇਆ ਹੈਗਾ, ਉਸ ਤੋਂ ਇਹ ਇੰਨਾ ਜ਼ਿਆਦਾ ਭੜਕਿਆ ਪਿਆ। ਜੇ ਮਾਂ ਦਾ ਪੁੱਤ ਹੈ ਤਾਂ ਸਾਹਮਣੇ ਆ ਕੇ ਇਹ ਗੱਲ ਠੋਕ ਕੇ ਕਹਿ, ਫੋਨ ਤੇ ਗੱਲ ਕਰਨ ਦੀ ਲੋੜ ਨਹੀਂ। ਜੇ ਸਾਡੇ ਭਰਾ ਨੂੰ ਫੋੜਾ ਵੀ ਆਂ ਚ ਆ ਗਈ ਨਾ, ਮਾਂ ਦੇ ਪੁੱਤ ਜਿਹੜੇ ਕੋਨੇ 'ਚ ਬੈਠਾ ਹੋਇਆ ਘੜੀਸ ਕੇ ਬਾਹਰ ਸਿੱਟਾਂਗੇ। ਪ੍ਰਧਾਨ ਵੀ ਹੈ ਸਾਡੇ ਨਾਲ, ਤੇ
ਪ੍ਰਧਾਨ ਜੀ ਇੱਕ ਨਕਲੀ ਸਮਾਜ ਸੇਵੀ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੇ ਉੱਤੇ ਕੀ ਲੱਗਦਾ ਵੀ ਜਿਹੜਾ ਵੋਟਾਂ ਦਾ ਡਰ ਹੈ ਉਹ ਜਿਹੜਾ ਲੋਕ ਗੁੱਸਾ ਹੈ ਵੀ ਲੋਕਾਂ ਦੇ ਹਰਾਤ ਹੁਣ ਪੱਤਰਕਾਰਾਂ ਤੇ ਕੱਢੂਗਾ? ਵੇਖੋ ਜਦੋਂ ਲੱਖਾਂ ਸਧਾਰਨਾਂ ਨੂੰ ਮਨਿੰਦਰਜੀਤ ਸਿੱਧੂ ਜਾ ਕੇ ਵੈਟਾਂ ਲੈਂਦਾ ਸੀ ਤੇ ਉਹਦੀਆਂ ਵੈਟਾਂ ਪਾਉਂਦਾ ਸੀ, ਇਹ ਲੋਕਾਂ ਦੇ ਵਿੱਚ ਵਿਚਰਦਾ ਸੀ, ਉਦੋਂ ਮਨਿੰਦਰਜੀਤ ਸਿੱਧੂ ਨੂੰ ਚੰਗਾ ਲੱਗਦਾ ਸੀ। ਵੇਖੋ ਪੱਤਰਕਾਰ ਉਹ ਹੁੰਦਾ ਜਿਹੜੀ ਸੱਚਾਈ ਲੋਕਾਂ ਤੱਕ ਪਹੁੰਚਾਵੇ। ਇਹਨੇ ਵਿਰੋਧ 'ਚ ਵੀ ਕੀ ਬੋਲਿਆ ਅਮਰਿੰਦਰ ਸਿੰਘ ਨੇ, ਪਬਲਿਕ ਬੋਲ ਰਹੀ ਹੈ ਤੇ ਅਸੀਂ ਦਿਖਾ ਰਹੇ ਹਾਂ। ਅੱਜ ਜੋ ਸਾਡੇ ਕਿਸਾਨ ਆਗੂ ਬੋਲ ਰਹੇ ਆ, ਸਮਾਜ ਸੇਵੀ ਬੋਲ ਰਹੇ ਆ, ਉਹੀ ਦਿਖਾ ਰਹੇ ਹਾਂ। ਅਸੀਂ ਆਪਦੇ ਕੋਲੋਂ ਕੀ ਵਿਖਾਇਆ? ਫਿਰ ਲੱਖਾਂ ਸਧਾਰਨਾ ਕਹਿੰਦਾ ਸੀ ਮੋਦੀ ਮੀਡੀਆ, ਫਿਰ ਅਸੀਂ ਮੋਦੀ ਮੀਡੀਆ ਬਣ ਚੁੱਕੇ, ਸਾਨੂੰ ਤੁਸੀਂ ਮੋਦੀ ਮੀਡੀਆ ਬਣਾ ਦਿਓ, ਅਸੀਂ ਵਿਖ ਜਾਂਦੇ ਹਾਂ, ਥੋਤੋਂ ਪੈਸੇ ਲੈ ਲਾਂਗੇ ਤੇ ਤੁਹਾਡੇ ਹੱਕ 'ਚ ਬੋਲਾਂਗੇ, ਉਹਨਾਂ ਤੋਂ ਪੈਸੇ ਲੈ ਲਾਂਗੇ ਉਹਨਾਂ ਦੇ ਹੱਕ 'ਚ। ਸਾਡਾ ਇੱਕੋ ਇੱਕ ਮਨਿੰਦਰਜੀਤ ਸਿੱਧੂ ਬਾਈ ਹੈ ਜਿਹੜਾ ਕਿਸੇ ਤੋਂ ਵੀ ਇੱਕ ਖੋਟਾ ਪੈਸਾ ਕਹਿ ਦਿੰਦੇ ਹਾਂ, ਜਿਹੜਾ ਇਹ ਖੋਟਾ ਪੈਸਾ ਵੀ ਨਹੀਂ ਲੈਂਦਾ ਕਿਸੇ ਤੋਂ। ਅੱਜ ਤੱਕ ਬਾਂਹ ਖੜੀ ਕਰਕੇ ਕੋਈ ਬੰਦਾ ਕਹਿ ਲੇ ਮਨਿੰਦਰਜੀਤ ਸਿੱਧੂ ਨੇ ਕਿਸੇ ਤੋਂ ਪੈਟਰੋਲ ਪਵਾਇਆ ਹੋਵੇ, 5 ਪੈਸੇ ਲਏ ਹੋਣ, ਫਿਰ ਵੀ ਕਵੇ ਉਹ ਲੋਕਾਂ ਦੀ ਆਵਾਜ਼ ਚੱਕਦਾ, ਦਬਲੇ ਕੁਚਲੇ ਲੋਕਾਂ ਦੀ ਆਵਾਜ਼ ਚੱਕਦਾ। ਯਾਨੀ ਕਿ ਅੱਜ ਲੱਖਾਂ ਸਧਾਰਨਾ ਉਹਨਾਂ ਨੂੰ ਧਮਕੀਆਂ ਦੇ ਰਿਹਾ, ਕਿਉਂ ਬਈ ਕੀ ਗੱਲ ਆ? ਹੁਣ ਤੂੰ ਉਹੀ ਰਾਹ ਤੇ ਤੁਰਿਆ ਆ ਜਿਹੜੇ ਲੋਕ ਕਹਿੰਦੇ ਲੱਖਾਂ ਸਧਾਰਨਾ ਗੈਂਗਸਟਰ ਆ। ਨਹੀਂ, ਅਸੀਂ ਨਹੀਂ ਕਹਿੰਦੇ ਗੈਂਗਸਟਰ ਆ, ਲੋਕ ਕਹਿੰਦੇ ਸੀ। ਅਸੀਂ ਤੈਨੂੰ ਇੱਕ ਸਮਾਜ ਸੇਵੀ ਕਹਿੰਦੇ ਸੀ ਕਿ ਲੱਖਾਂ ਸਧਾਰਨਾ ਇੱਕ ਸਮਾਜ ਸੇਵੀ ਆ, ਉਹ ਸਮਾਜ ਸੇਵੀ ਤੋਂ ਲੱਖਾਂ ਸਧਾਰਨਾ ਫਿਰ ਗੈਂਗਸਟਰ ਬਣ ਗਿਆ, ਉਹਨਾਂ ਰਾਹਾਂ ਤੇ ਫਿਰ ਆ ਗਿਆ। ਪਰ ਨਹੀਂ, ਇਹਨਾਂ ਅਸੀਂ ਸ਼ਬਦਾਂ ਦੀ ਪੁਰ ਤਿੱਖੀ ਨਿੰਦਿਆ ਕਰਦੇ ਹਾਂ ਕਿ ਲੱਖਾਂ ਸਧਾਰਨਾ ਆਪਦੇ ਜਿਹੜੇ ਸ਼ਬਦ ਬੋਲੇ ਆ ਉਹ ਵਾਪਸ ਲਵੇ। ਨਹੀਂ, ਪੱਤਰਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਦਾ ਕਿ ਮਨਿੰਦਰਜੀਤ ਸਿੱਧੂ ਵਰਗੇ ਪੱਤਰਕਾਰਾਂ ਦਾ ਤੁਸੀਂ ਸਾਥ ਦਿਓ ਜਿਹੜੇ ਸੱਚ ਦੀ ਆਵਾਜ਼ ਪਹੁੰਚਾ ਰਹੇ ਲੋਕਾਂ ਤੱਕ, ਤੇ ਲੱਖੇ ਵਰਗੇ ਉਹਨਾਂ ਨੂੰ ਦਬਾ ਰਹੇ ਆ। ਕਿਉਂ ਬਈ ਕਾਹਤੋਂ ਦਬਾ ਰਹੇ ਆ? ਕੀ ਤੁਹਾਡੇ ਗਲਤ ਬੋਲਦਾ ਮਨਿੰਦਰ ਸਿੱਧੂ ਨੇ? ਜਦੋਂ ਤੁਹਾਡੇ ਪੱਖ 'ਚ ਬੋਲਦਾ ਸੀ ਉਦੋਂ ਮਨਿੰਦਰਜੀਤ ਸਿੱਧੂ ਚੰਗਾ ਲੱਗਦਾ ਸੀ? ਪਹਿਲਾਂ ਕਾਫੀ ਪੱਤਰਕਾਰਾਂ ਤੇ ਯਾਨੀ ਕਿ ਹਮਲੇ ਹੋਏ ਆ, ਪਰ ਉਹ ਹੁਣ ਨਹੀਂ ਹੋਣਗੇ। ਇਹ ਡਰ ਭੁੱਲ ਜਾਣ, ਮਨਿੰਦਰਜੀਤ ਸਿੱਧੂ ਇਕੱਲਾ, ਉਹਦੇ ਨਾਲ ਪੂਰੀ ਜੈਤੋ ਮੰਡੀ ਹੈ, ਉਹਦੇ ਨਾਲ ਕਿਸਾਨ ਆਗੂ ਆ, ਉਹਦੇ ਨਾਲ ਸਮਾਜ ਸੇਵੀ ਲੋਕ ਖੜ ਗਏ ਨੇ ਮੋਢੇ ਦੇ ਮੋਢੇ ਨਾਲ ਆ ਕੇ, ਹੁਣ ਦਬਣਗੇ ਨਹੀਂ, ਨਾ ਹੀ ਦਬਣ। ਇਹ ਸੋਸ਼ਲ ਮੀਡੀਆ ਉਹ ਮੀਡੀਆ ਨਹੀਂ ਜਿਹੜਾ ਮੋਦੀ ਵਾਲਾ ਮੀਡੀਆ, ਬਕਾਊ ਮੀਡੀਆ। ਤੁਸੀਂ ਸਾਨੂੰ ਬਕਾਊ ਮੀਡੀਆ ਬਣਾਉਂਦੇ ਸੀ, ਪਰ ਅਸੀਂ ਨਹੀਂ ਬਣਨਾ ਇੰਨਾ ਕੁਛ ਬੋਲਦਾ ਹੋਇਆ। ਧੰਨਵਾਦ।